ਹੋਣੀਆਂ ਤਾਂ 1947 ਵੇਲੇ ਦਾ ਹੈ, ਤੇ ਇਹਨਾਂ ਨੂੰ ਪਤਾ ਹੁੰਦਾ ਹੋਰ ਕਿਹਨੂੰ ਪਤਾ ਹੋਊਗਾ ਹੈ ਇਹ ਨਾ ਅੱਜ ਕੱਲ ਦੇ ਜਵਾਕ ਆਗੇ। ਹੈਪੀ ਇਹ ਸੋਚ ਨੂੰ ਚੰਗੇ ਰੱਖੀ ਦਾ ਹੁੰਦਾ ਵਾ, ਤੇਰੇ ਤੋਂ 20 ਸਾਲ ਛੋਟਾ ਮੈਂ। ਆਹੋ ਦੇਖਦਾ ਹੀ ਆ, ਇੱਥੇ 15 ਸਾਲ ਨੂੰ ਪੁੱਛ ਲੈ ਤੂੰ ਕਿਹੜੇ ਵੇਲੇ ਜੰਮਿਆਗਾ, ਆਹ ਕਿਹੜੇ ਵੇਲੇ ਜੰਮਿਆ। ਕਿਉਂ ਰਾਜੂ ਕਿੰਨੇ ਸਾਲ ਦਾ ਲੱਗਦਾ ਮੈਂ? ਬੁੱਧੀ ਕੰਮ ਲੱਗਦਾ 10 ਸਾਲਾਂ ਦਾ ਹੀ ਆ। ਹਾਂ ਅਜੇ ਤਾਂ ਸਕੂਲੇ ਜਾਣਾ ਮੈਂ। ਪੁਰਖਿਆਂ ਦੀ ਨਿਸ਼ਾਨੀ ਸਮਝ ਕੇ ਰੱਖ ਲਈ। ਲੈ ਵੀ ਓਏ This is a PD and ਸਾਡਾ ਸੀਨ ਦਾ ਟਾਈਮ ਹੋ ਗਿਆ। ਤੂੰ ਠੀਕ ਨਹੀਂ ਪਹਿਲਾਂ ਕਰਨਾ ਸੱਚ ਜਿੰ ਬੀਬੀ ਚੰਗਾ ਬੀਬੀ ਤੂੰ ਟੈਨਸ਼ਨ ਨਾ ਲੈ, ਜਿੰਨਾ ਚਿਰ ਤੂੰ ਜਿੰਨਾ ਚਿਰ ਤੂੰ ਠੀਕ ਨਹੀਂ ਹੁੰਦੀ ਹਰਪ੍ਰੀਤ ਤੇਰੇ ਟੋਲ ਹੋ ਜਾਊਗੀ। ਠੀਕ ਹੈ ਆ ਗਿਆ ਵਿੱਚ ਉਧਰਲੀ ਸਾਈਡ ਨਾਲ ਬੋਲਤਾ ਨਾ, ਤੁਸੀਂ ਬਾਅਦ ਚ ਬੋਲਿਆ ਬਾਅਦ ਚ ਕਿਵੇਂ ਬਾਅਦ ਚ ਬੋਲਿਆ ਛੁੱਟੀਆਂ ਨਹੀਂ ਇਹਦੇ ਨਾਲ ਹੀ ਬੋਲਿਆ ਸੀ ਮੇਰਾ ਉਹ ਜਦੋਂ ਕਹਿੰਦੇ ਆ ਮੈਂ ਉਦੋਂ ਪਾ ਗਿਆ ਵੀ ਮੈਂ ਪਹਿਲਾਂ ਕਿਹਾ ਹਾਂ ਉਦੋਂ ਇਹ ਬੋਲ ਸੋਰੀ ਸੋਰੀ ਆ ਚੀਜ਼ ਜ਼ਰੂਰ ਲੱਗ ਜਿੰਨਾ ਚ ਠੀਕ ਨਹੀਂ ਹੁੰਦੀ ਠੀਕ ਤੂੰ ਸਾਹੀ ਮੇਨ ਹੈ ਤੂੰ ਟੈਨਸ਼ਨ ਨਾ ਲੈ ਵੀ ਇਹਨਾਂ ਜੇ ਤੂੰ ਠੀਕ ਨਹੀਂ ਵੀ ਹਰਪ੍ਰੀਤ ਤੇਰੇ ਕੋਲ ਰਹੂਗੀ। ਹਾਂ ਵੈਸੇ ਵੀ ਉਹਨਾਂ ਨੇ ਫੀਸ ਭਰਨੀ ਹੈ ਤੇ ਘਰੇ ਵਿਹਲੀ ਹੈ ਉਹ ਫੀਸ ਤੇ ਨਾ ਲਓ ਜਾਓ। ਹਾਂ ਨਾਲੇ ਤੂੰ ਕਹਿੰਦੀ ਫੀਸ ਤੇ ਨਾ ਜਾਓ ਉਹ ਛੁੱਟੀ ਵੈਸੇ ਵੀ ਘਰੇ ਵਿਹਲੀ ਆ ਛੁੱਟੀਆਂ ਨਾ ਛੁੱਟੀਆਂ ਕਹਿੰਦੀਆਂ ਸੀ ਤੁਸੀਂ ਛੁੱਟੀਆਂ ਕਹਿੰਦੀਆਂ ਸੀ। ਹਾਂ ਵੈਸੇ ਵੀ ਉਹਨੂੰ ਛੁੱਟੀਆਂ ਨੇ ਹਾਂ ਇਹ ਬਹਾਨੇ ਨਾਲ ਤੇਰੀ ਸੇਵਾ ਕਰ ਲਈ। ਹਾਂ ਇਸ ਮਹੀਨੇ ਤੇਰੀ ਸੇਵਾ ਕਰ ਲੂਗੀ ਜਦੋਂ ਮੈਂ ਬਾਹਰ ਆਪਾਂ ਗੱਲ ਕਰ ਰਹੀ ਤਾਂ ਇਹ ਕਿਹਾ ਜਿਹਨਾਂ ਦੀ ਫੀਸ ਭਰਨੀ ਬਦਲਾ ਕਰਕੇ ਲਾ ਲੈ ਸੀ ਨਹੀਂ ਉਹ ਤੁਸੀਂ ਹੋਰ ਕੁਝ ਗੱਲ ਕਹਿੰਦੇ ਸੀਗੇ ਮੈਂ ਕਿਹਾ ਆਪਾਂ ਹਜੇ ਫੀਸ ਭਰਨੀ ਹੈ ਜੀ। ਅੱਛਾ ਚਲੋ ਠੀਕ ਤਾਂ ਕਿਹਾ ਸੀ ਤੁਹਾਨੂੰ। ਓਕੇ ਓਕੇ ਤੂੰ ਕਹਿੰਦੀ ਸੀ ਨਾ ਵੀ ਵਿਹਲੀ ਤਾਂ ਹੈਗੀ ਇਹ ਕਾਲਜ ਜਾਂਦੀ ਹੈ ਉਹ ਤਾਂ ਵਿਹਲੀ ਹੈ ਹਜੇ ਫੀਸ ਭਰਨੀ ਆ। ਚੱਲ ਕਰਾੜੀ ਪਹਿਲਾਂ ਮੈਂ ਉਹ ਦੇ ਦੂੰਗਾ ਉਦੋਂ ਮੈਂ ਰੈਕਸ਼ਨ ਦੇ ਦੂੰਗਾ। ਹਾਂ ਆਪਣਾ ਦੇ ਦੇ ਮੈਂ ਬੋਲੀ ਚੱਲੂੰਗਾ ਫਿਰ ਮੈਂ ਤੈਨੂੰ ਇਸ਼ਾਰਾ ਕਰਦਾ। ਹਾਂਜੀ ਰੈਡੀ ਹਾਂ ਸਟਾਰਟ।